ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ 23 ਨਵੰਬਰ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹੋਇਆ ਸੂਬੇ ਪੰਜਾਬ ਦੀ ਤਾਜ਼ਾ ਤਰੀਨ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਖਬਰਾਂ ਦਾ ਤਾਜ਼ਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਉੱਤੇ ਮਿਲਦਾ ਰਹੇ ਪਹਿਲੀ ਖਬਰ ਹੈ ਜੀ ਰੇਲ ਸੇਵਾਵਾਂ ਬਹਾਲ ਕਰਨ ਬਾਰੇ ਕਿਸਾਨਾਂ ਦੇ ਇਲਾਨ ਦਾ ਰੇਲਵੇ ਨੇ ਕੀ ਦਿੱਤਾ ਜਵਾਬ ਰੀਲ ਮੰਦਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਰੇਲ ਪਟੜੀਆਂ ਤੇ ਸਟੇਸ਼ਨਾਂ ਤੋਂ ਹਟਣ ਮਗਰੋਂ ਉਸ ਵੱਲੋਂ ਛੇਤੀ ਤੋਂ ਛੇਤੀ ਸੂਬੇ ਦੀ ਰੇਲ ਸੇਵਾਵਾਂ ਬਹਾਲ ਕਰਨ ਦਾ ਯਤਨ ਕੀਤਾ ਜਾਵੇਗਾ ਯਾਦ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ 15 ਦਿਨਾਂ ਲਈ ਰੇਲ ਲਾਈਨਾਂ ਤੇ ਸਟੇਸ਼ਨ ਖਾਲੀ ਕਰ ਰਹਿ ਹਨ ਪਰ ਜੇਕਰ ਕੇਂਦਰ ਨੇ ਮਸਲਾ ਹੱਲ ਨਹੀਂ ਕੀਤਾ ਤਾਂ ਅਸੀਂ ਮੋੜੇ ਰੇਲਾ ਰੁਕਾਂਗੇ। ਅਗਲੀ ਖਬਰ ਜਲੰਧਰ ਤੋਂ ਨੌਜਵਾਨ ਨੇ ਕੀਤੇ ਸਨ ਦੋ ਵਿਆਹ ਪੁਲਿਸ ਨੇ ਖੋਲੀ ਪੋਲ ਨਾਕੇ ਤੋਂ ਲੰਘਦੇ ਸਮੇਂ ਕਹਿੰਦਾ ਸੀ ਇਹ ਗੱਲ। ਜਲੰਧਰ ਦੇ ਇੱਕ ਨੌਜਵਾਨ ਵੱਲੋਂ ਦੋ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਦਾ ਖੁਲਾਸਾ ਬਹੁਤ ਹੀ ਰੋਚਕ ਢੰਗ ਨਾਲ ਹੋਇਆ। ਨੌਜਵਾਨ ਨੇ ਦੋ ਵਿਆਹ ਕੀਤੇ ਹੋਏ ਸਨ ਅਤੇ ਪਤਨੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਗੱਲ ਲੋਕਡਾਊਨ ਦੇ ਸਮੇਂ ਦੀ ਹੈ। ਲੌਕਡਾਊਨ 'ਚ ਇੱਕ ਵਿਅਕਤੀ ਲਾਕੇਟ ਤੋਂ ਲੰਘਦਾ ਸੀ ਪੁਲਿਸ ਮੁਲਾਜ਼ਮ ਜਦੋਂ ਸੋ ਪੁੱਛਦੇ ਸਨ ਤਾਂ ਕਹਿੰਦਾ ਘਰ ਜਾ ਰਿਹਾ ਹਾਂ ਸਾਹਿਬ ਮਜ਼ਾਕ 'ਚ ਕਹਿੰਦਾ ਜਾਣ ਦੇ ਨਹੀਂ ਤਾਂ ਪਤਨੀ ਕੁੱਟੇਗੀ ਜਦ ਵਾਪਸ ਆਉਂਦਾ ਤਾਂ ਫਿਰ ਵੀ ਉਹੀ ਉਹ ਗੱਲ ਦਾ ਜਵਾਬ ਹੁੰਦਾ ਇੱਕ ਦਿਨ ਸ਼ੱਕ ਹੋਇਆ ਤਾਂ ਪੁਲਿਸ ਪਿੱਛੇ-ਪਿੱਛੇ ਉਸਦੇ ਘਰ ਪਹੁੰਚ ਗਈ ਤੇ ਪਤਨੀ ਤੋਂ ਪੁੱਛਿਆ ਤੁਸੀਂ ਇਸ ਦੀ ਕੌਣ ਹੋ ਪਤਨੀ ਨੇ ਆਪਣੇ ਬਾਰੇ ਦੱਸਿਆ ਤਾਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਤੁਹਾਡੇ ਪਤੀ ਦੀ ਕਿੰਨੀਆ ਪਦਨੀਆਂ ਹਨ ਇਸ ਤੋਂ ਬਾਅਦ ਉਸ ਦੀ ਬੋਲ ਖੁੱਲੀ पति पत्नी 'ਚ ਖੂਬ ਲੜਾਈ ਹੋਈ ਉਸ ਤੋਂ ਬਾਅਦ ਔਰਤ ਨੇ ਮਹਿਲਾ ਕਮਿਸ਼ਨ 'ਚ ਸ਼ਿਕਾਇਤ ਕਰ ਦਿੱਤੀ। ਅਗਲੀ ਖਬਰ ਇਸ ਨਾਮ ਤੋਂ 2020 ਦੀਵਾਲੀ ਬੰਪਰ ਨੇ ਇਸ ਨਾਮ ਦੇ ਇੱਕ ਵਿਅਕਤੀ ਨੂੰ ਬਣਾਇਆ ਕਰੋੜਪਤੀ। ਦੀਵਾਲੀ ਮੌਕੇ ਪੰਜਾਬ ਰਾਜ ਲਾਟਰੀਜ਼ ਵੱਲੋਂ ਦੀਵਾਲੀ ਬੰਪਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ਨਾਲ ਕਈ ਵਿਅਕਤੀਆਂ ਦੀ ਕਿਸਮਤ ਬਦਲਦੀ ਹੈ। ਇਸ ਵਾਰ ਸੁਨਾਮ ਦੇ ਰਹਿਣ ਵਾਲੇ ਬਰਿੰਦਰ ਗੋਇਲ ਦੀ 2020 ਦੀਵਾਲੀ ਬੰਪਰ ਨੇ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੂੰ ਇੱਕ ਦਿਨ 'ਚ ਕਰੋੜਪਤੀ ਬਣਾ ਦਿੱਤਾ। ਜਾਣਕਾਰੀ ਮੁਤਾਬਕ ਬਰਿੰਦਰ ਗੋਇਲ ਦੀ ਦੀਵਾਲੀ ਤੇ 1.5 ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਿਆ ਹੈ ਲਾਟਰੀ ਨਿਕਲਣ ਕਾਰਨ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਚ ਆ ਗਈ ਹੈ ਅਤੇ ਉਹਨਾਂ ਕਹੇ ਕਿ ਪ੍ਰਮਾਤਮਾ ਨੇ ਸਾਡੇ ਪਰਿਵਾਰ ਤੇ ਮਿਹਰ ਕੀਤੀ ਹੈ। ਅਗਲੀ ਖਬਰ 72 ਸਾਲਾ ਪੁਰਾਣਾ ਆਕਾਸ਼ਵਾਣੀ ਜਲੰਧਰ ਕੇਂਦਰ ਹੋਇਆ ਬੰਦ ਘਟਦੇ ਰੁਝਾਨ ਨੂੰ ਦੇਖ ਤੇ ਲਿਆ ਫੈਸਲਾ। ਪਿਛਲੇ 72 ਸਾਲਾਂ ਤੋਂ ਸ੍ਰੋਤਾਂ ਦੇ ਦਿਲਾਉਂ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਦੀ ਆਵਾਜ਼ ਰਾਜ ਕਰ ਰਹੀ ਸੀ ਪਰ ਇਹ ਆਵਾਜ਼ ਹੁਣ ਖਾਮੋਸ਼ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕਟੋਰੇਟ ਨੇ ਬੰਦ ਕਰ ਦਿੱਤਾ ਹੈ 16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ ਜਨਰਲ ਡਾਇਰੈਕਟੋਰੇਟ ਨੇ ਪੰਜਾਬ ਦੇ ਪੁਰਾਣੇ ਸ਼ਹਿਰ ਜਲੰਧਰ ਤੋਂ ਆਕਾਸ਼ਵਾਣੀ ਦੇ ਮੀਡੀਅਮ ਵੇਬ ਟ੍ਰਾਂਸਮਿਟਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਲਿਆ ਹੈ ਅਗਲੀ ਖਬਰ ਤਰਨਤਾਰਨ ਤੋਂ ਤਰਨਤਾਰਨ ਜ਼ਿਲ੍ਹੇ ਵਿੱਚ ਖੋਫ ਲੋਟੇਰੀ ਘਰ ਦੇ ਸਾਹਮਣੇ ਹੋਈ ਵੱਡੀ ਵਾਰਦਾਤ ਸਾਣਾ ਬਲਟੋਹਾ ਦੀਨਪੰਦੇ ਕਸਬਾ ਅਲਗੋ ਕੋਠੀ ਵਿਖੇ ਲੁੱਟਾਂ ਖੋਹਾਂ ਅਤੇ ਚੋਰੀਆਂ ਦਾ سلسلہ ਲਗਾਤਾਰ جاری ਹੈ ਅਜਿਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਕਸਬਾ ਅਲਗੋ ਕੋਠੀ ਤੋਂ ਜਿੱਥੇ ਕਿ ਇੱਕ ਔਰਤ ਆਪਣੇ ਘਰ ਵਿੱਚ ਵੜਨ ਲੱਗੀ ਤਾਂ ਪਿੱਛੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਚੋਂ ਇੱਕ ਨੇ ਉਸ ਦੀਆਂ ਅੱਖਾਂ ਬੰਦ ਕਰਕੇ ਉਸ ਦੇ ਕੰਨਾਂ ਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਤੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਅਛੰਦਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਅਲਗੋ ਕੋਠੀ ਨੇ ਦੱਸਿਆ ਕੋ ਬਜ਼ਾਰ ਤੋਂ ਕੋਈ ਸਮਾਨ ਖਰੀਦ ਕੇ ਆਪਣੇ ਘਰ ਆ ਰਹੀ ਸੀ ਜਦੋਂ ਉਹ ਆਪਣੇ ਘਰ ਦਾ ਦਰਵਾਜ਼ਾ ਖੋਲਣ ਲੱਗੀ ਤਾਂ ਮਗਰੋਂ ਇੱਕ ਵਿਅਕਤੀ ਆਇਆ ਜਿਸ ਨੇ ਉਸ ਦੀਆਂ ਦੋਵੇਂ ਅੱਖਾਂ ਬੰਦ ਕਰਕੇ ਉਸ ਦੀਆਂ ਦੋਵੇਂ ਵਾਲੀਆਂ ਲੈ ਕੇ ਮੋਟਰਸਾਈਕਲ ਉੱਤੇ ਬੈਠ ਕੇ ਫਰਾਰ ਹੋ ਗਏ ਜਿਸ ਦਾ ਉਹਨਾਂ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ ਹਨ ਅਗਲੀ ਖਬਰ ਵਿਦਿਅਕ ادارے ਦੇ ਸਾਰੇ ਸਟਾਫ ਦਾ ਹੋਵੇਗਾ ਕਰੋਨਾ ਟੈਸਟ ਪੰਜਾਬ ਸਰਕਾਰ ਦੇ ਹੁਕਮ ਕਰੋਨਾ ਮਹਾਮਾਰੀ ਦੇ ਦੌਰਾਨ ਸੂਬੇ ਵਿੱਚ ਵਿਦਿਅਕ ਸੰਸਥਾਵਾਂ ਖੁੱਲਣ ਦੇ ਨਾਲ ਹੀ ਨਵੰਬਰ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ 36 ਵਿਦਿਆਰਥੀਆਂ ਦੀ ਕੋਵਿਡ-19 ਟੈਸਟ ਪੋਜ਼ਿਟਿਵ ਆਈ ਗਈ ਹਨ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਨਿੱਜੀ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਕੋਵਿਡ ਟੈਸਟ ਲਾਜ਼ਮੀ ਕਰਵਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਵਿੱਚ ਕੋਵਿਡ-19 ਮਾਮਲਿਆਂ ਦੇ ਨੋਡਲ ਅਧਿਕਾਰੀ ਡਾਕਟਰ ਰਜੇਸ਼ ਪਾਸ ਕਰਨ ਇਸ ਬਾਰੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਰੇ ਟੀਚਿੰਗ ਦੇ ਨਾਲ-ਨਾਲ ਸਰਕਾਰੀ ਅਤੇ ਨਿੱਜੀ ਵਿਦਿਅਕਦਾਰਿਆਂ ਦੇ ਨੌਨ ਟੀਚਿੰਗ ਸਟਾਫ ਦੇ ਮੈਂਬਰਾਂ ਦੇ ਲਾਜ਼ਮੀ ਟੈਸਟ ਕੀਤੇ ਜਾ ਰਹੇ ਹਨ। ਅਗਲੀ ਖਬਰ ਪਧੌੜ ਤੋਂ ਸਕੈਂਡਰੀ ਸਕੂਲ ਕਨੈ ਦੇ ਅਧਿਪਕਾ ਕਰੋਨਾ ਪੋਜ਼ਿਟਿਵ ਸਕੂਲ 30 ਨਵੰਬਰ ਤੱਕ ਬੰਦ। ਜ਼ਿਲ੍ਹਾ ਬਰਨਾਲ ਦੇ ਕਸਬਾ ਪਧੌੜ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਨੈ ਦੇ ਅਧਿਪਕਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਹੋਣ ਕਾਰਨ ਵਿਭਾਗ ਵੱਲੋਂ ਸਕੂਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਬਰਨਾਲਾ ਨਿਵਾਸੀ ਅਦ阿ਕਾਨੇ ਪਿਛਲੇ ਦਿਨੀ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਕਰੋਨਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਸ਼ਨੀਵਾਰ ਨੂੰ ਪੋਜ਼ਿਟਿਵ ਆਈ ਗਈ ਹੈ ਸਕੂਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦੀ ਸੂਚਨਾ ਸਕੂਲ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਜਿਸ ਨੂੰ ਦੇਖਦਿਆਂ ਹਦੇਸ਼ ਅਨੁਸਾਰ ਸਕੂਲ ਨੂੰ 3 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ ਤੇ ਅਦ阿ਕਾ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਨੂੰ ਆਪਣਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ ਅਗਲੀ ਖਬਰੇ ਰੇਲਾਂ ਚਲਾਉਣ ਦੀ ਸਹਿਮਤੀ ਦੇ ਨਾਲ ਹੀ ਕਿਸਾਨਾਂ ਦਾ ਅਲਟੀਮੇਟਮ ਕੈਪਟਨ ਨੇ ਲਾਈ ਵਾਧਿਆਂ ਦੀ ਛੜੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਬੇਸ਼ੱਕ ਕਿਸਾਨਾਂ ਨੇ ਰੇਲ ਸੇਵਾ ਬਹਾਲ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਵੀ ਦੇ ਦਿੱਤਾ ਹੈ ਕਿਸਾਨਾਂ ਨੇ ਅਗਲੇ 15 ਦਿਨ ਲਈ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਚਲਾਉਣ ਦੀ ਸਹਿਮਤੀ ਜਤਾਈ ਹੈ ਪਰ ਇਸ ਦੌਰਾਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਪਾਰਕਾਂ 'ਚ ਸੈਲਰੀ ਹਿਟਾਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਚੰਡੀਗੜ੍ਹ ਦੇ ਕਿਸਾਨ ਭਵਨ ਚ 30 ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਤਾਂ ਦਸੰਬਰ 10 ਤੋਂ ਮੋੜ ਟ੍ਰੇਨਾਂ ਰੋਕ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਪੰਜਾਬ ਚ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਕਾਰਪੋਰੇਟ ਘਰਾਣੇ ਦੇ ਮਾਲ ਰिलायंस ਪੰਪਾਂ ਉਤੇ ਧਰਨੇ ਜਾਰੀ ਰਹਿਣਗੇ 26 ਤਾਈ ਨਵੰਬਰ ਨੂੰ ਦਿੱਲੀ ਜਾਣ ਲਈ ਵੀ ਸਾਰੀਆਂ ਜਥੇਬੰਦੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਤਰ੍ਹਾਂ ਕਿਸਾਨਾਂ ਨੇ ਮਹੀਨੇ ਭਰ ਦਾ ਰਾਸ਼ਨ ਤੇ ਹੋਰ ਲੋੜਿੰਦੀਆਂ ਚੀਜ਼ਾਂ ਇਕੱਠੀਆਂ ਕਰ ਲੀਆਂ ਹਨ ਪੰਜਾਬ ਸਮੇਤ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਦੇ ਕੰਨੀ ਆਪਣੀ ਆਵਾਜ਼ ਪਹੁੰਚਾਉਣ ਲਈ ਦਿੱਲੀ ਹਵਾਨਾ ਹੋਣਗੀਆਂ ਕੈਪਟਨ ਨੇ ਕਹਿ ਕੇ ਜੇ ਰੇਲ ਸੇਵਾ ਬਹਾਲ ਨਾ ਹੋਈ ਤਾਂ ਸੂਬੇ 'ਚ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ ਉਹਨਾਂ ਦੱਸਿਆ ਕਿ ਰੇਲਾ ਰੋਕਣ ਕਾਰਨ ਹੁਣ ਤੱਕ ਪੰਜਾਬ ਨੂੰ 40000 ਕਰੋੜ ਰੁਪਏ ਦਾ ਘਾਟਾ ਪਿਆ ਹੈ ਇਸ ਤੋਂ ਇਲਾਵਾ ਜ਼ਰੂਰੀ ਜੀਜਾ ਕੋਲਾ ਖਾਦ ਤੇ ਯੂਰੀ ਦੀ ਘਾਟ ਵੀ ਵੱਡੀ ਮੁਸੀਬਤ ਬਣੀ ਹੋਈ ਹੈ ਹਾਲਾਤ ਇਹ ਹਨ ਕਿ ਪੰਜਾਬ ਵਿੱਚ ਕੱਚੇ ਮਾਲ ਦੀ ਘਾਟ ਕਾਰਨ ਕਈ ਯੂਨਿਟ ਬੰਦ ਹੋ ਚੁੱਕੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਚ ਪੰਜਾਬ ਸਰਕਾਰ ਦਖਲ ਨਹੀਂ ਦੇਵੇਗੀ ਕੈਪਟਨ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਲੜਾਈ ਨੂੰ ਪੰਜਾਬ ਦੀ ਸਾਂਝੀ ਲੜਾਈ ਕਰਾਰ ਦਿੰਦਾ ਹੈ ਕਿ ਆ ਕਿ ਸਾਨੂੰ ਮਿਲ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨੀ ਪਵੇਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੌਰਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਹੋਰ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਕੈਪਟਨ ਨੇ ਕਿਸਾਨਾਂ ਨੂੰ ਭਰੋਸੇ 'ਚ ਲੈਂਦਿਆਂ ਕਿਹਾ ਕਿ ਗੰਨੇ ਦੀ ਕੀਮਤ ਤੇ ਵਕਾਇਦੀ ਅਦਾਇਗੀ ਤੇ ਨਾੜ ਸਾੜਨ ਦੇ ਮੁੱਦਿਆਂ ਉੱਤੇ ਉਹ ਆਉਣ ਵਾਲੇ ਹਫ਼ਤੇ 'ਚ ਗੱਲਬਾਤ ਕਰਨਗੇ ਉਨਾ ਕਹਿ ਗਿਆ ਨਾ ਮਾਮਲੇ ਲਈ ਉਹ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣਗੇ ਅਗਲੀ ਖਬਰ ਸੰਗਰੂਰ ਤੋਂ ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸੰਸਕਾਰ ਉਤੇ ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ ਚ ਵੇਖ ੁੱਡੇ ਹੋਸ਼ ਬੀਚ ਨੰਬਰ ਕਟੌਣ ਉਤੇ ਕੁੜੀ ਵੱਲੋਂ ਵਹਾਹਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਥਾਣਾ ਸਿਟੀ ਇੱਕ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਅਮ੍ਰਿਤਕੌਰ ਵਾਸੀ ਸੰਗਰੂਰ ਦੇ ਬੀਚੋ ਨੰਬਰ ਕਟਾਏ ਸਨ ਜਿਸ ਕਾਰਨ ਉਹ ਪਰੇਸ਼ਾਨ ਹੋ ਗਈ ਬੀਤੇ ਦਿਨ ਉਸੇ ਪਰਿਵਾਰਕ ਮੈਂਬਰ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਚ ਗਏ ਸਨ ਇਸ ਦੌਰਾਨ ਉਕਤ ਕੁੜੀ ਨੇ ਘਰ ਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ਉੱਤੇ 174 ਦੀ ਕਾਰਵਾਈ ਕਰਦੇ ਆ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ ਅਗਲੀ ਖਬਰ ਪੰਜਾਬ ਦੇ ਚਾਰ ਕਿਸਾਨਾਂ ਨੂੰ ਹਰਿਆਣਾ ਚ ਖਾਦ ਖਰੀਦਣ ਉੱਤੇ ਕੀਤਾ ਗ੍ਰਿਫਤਾਰ ਪੰਜਾਬ ਦੇ ਚਾਰ ਕਿਸਾਨਾਂ ਵਿਰੁੱਧ ਹਰਿਆਣਾ ਵਿੱਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀਆਂ ਟਰੈਕਟਰ ਡਰਾਲੀਆਂ ਨੂੰ ਹਰਿਆਣਾ ਦੇ ਜੀਂ ਦੇ ਵਿੱਚ ਸਦਰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਦੱਸਣਯੋਗ ਹੈ ਕਿ ਕੇਂਦਰ ਵੱਲੋਂ ਜਾਰੀ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਕਰ ਰਹੇ ਹਨ ਜਿਸ ਦੇ ਚੱਲਦਿਆਂ ਸੂਬੇ ਵਿੱਚ ਰੇਲ ਗੱਡੀਆਂ ਬੰਦ ਹਨ ਜਿਸ ਦੇ ਚੱਲਦਿਆਂ ਕਿਸਾਨ ਗੁਆਂਢੀ ਰਾਜਾਂ ਤੋਂ ਖਾਦ ਲੈਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਫਸਲ ਲਈ ਖਾਦ ਦੀ ਸਖਤ ਲੋੜ ਹੈ ਕਿਸਾਨ ਯੂਨੀਅਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਬਚਾਅ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਗੁਜਰਵਾਲ ਪੈਂਡ ਦੇ ਜਰਨੈਲ ਸਿੰਘ ਅਤੇ ਪਰਮਵੀਰ ਸਿੰਘ ਪੜੇਚਾ ਦੇ ਕੁਲਦੀਪ ਸਿੰਘ ਅਤੇ ਛਾਜਰੀ ਪੈਂਡ ਦੇ ਜਤਿੰਦਰ ਵਿਰੁੱਧ ਵਕ ਵਕ ਬਰਾਂਡਾ ਦੇ 840 ਬੈਗ ਲਜਾਣ ਦੇ ਦੋਸ਼ ਹੇਟ ਖਾਦ ਐਕਟ 1973 ਦੀ ਧਾਰਾ 3 ਅਤੇ ਜ਼ਰੂਰੀ ਵਸਤੂ ਐਕਟ 1955 ਦੀ ਧਾਰਾ 7 ਦੇ ਅਧੀਨ ਦਰਜ ਕੀਤਾ ਗਿਆ ਹੈ। ਉਹਨਾਂ ਦੀਆਂ ਟਰਾਲੀਆਂ ਵਿੱਚ ਯੂਰੀਆ ਖਾਦ ਸੀ ਜਿਸ ਨੂੰ ਹਰਿਆਣਾ ਖੇਤੀਬਾੜੀ ਅਧਿਕਾਰੀਆਂ ਵੱਲੋਂ ਰੋਕੇ ਗਿਆ ਜਿਸ ਦੀ ਗવાહી ਐਸ ਡੀਓ ਬਲਜੀਤ ਸਿੰਘ ਕਰ ਰੇਸਾਨਾ। ਅਗਲੀ ਖਬਰ 1 ਜਨਵਰੀ ਤੋਂ ਟੋਲ ਪਲਾਜ਼ਾ ਉਤੇ ਫਾਸਟ ਟੈਗ ਲਾਜ਼ਮੀ ਬੰਦ ਹੋਵੇਗੀ ਕੈਸ਼ ਲੈਣ ਦੇਣ ਦੀ ਸਹੂਲਤ 1 ਜਨਵਰੀ ਤੋਂ ਸਾਰੇ ਚਾਰ ਪਹੀਆ ਵਾਹਨਾਂ ਚਾਲਕਾਂ ਲਈ ਫਾਸਟ ਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਡਿਜੀਟਲਾਈਜੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਾਰੇ ਟੋਲ ਪਲਾਜ਼ਾ 'ਤੇ ਨਕਦ ਲੈਣ ਦੇਣ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ NHAI ਦੇ ਪ੍ਰੋਜੈਕਟ ਡਾਇਰੈਕਟਰ ਐਨ ਐਨ ਗਰੀ ਨੇ ਦੱਸਿਆ ਕਿ ਕੇਂਦਰ ਸਰਕਾਰ 31 ਦਸੰਬਰ ਤੱਕ 100% ਡਿਜੀਟਲ ਕਰਨਾ ਚਾਹੁੰਦੀ ਹੈ ਜੇ ਸਥਿਤੀ ਵਿੱਚ ਜੇ ਵਾਹਨ ਮਾਲਕ ਨੇ ਆਪਣੇ ਵਾਹਨ ਉਤੇ ਫਾਸਟੈਗ ਨਹੀਂ ਲਗਾਇਆ ਤਾਂ ਹਾਈਵੇਅ ਤੇ 1 ਜਨਵਰੀ ਤੋਂ ਸੁਵਿਧਾ ਹੋ ਸਕਦੀ ਹੈ ਉਹਨਾਂ ਦੱਸਿਆ ਕਿ 15 ਨਵੰਬਰ ਨੂੰ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਖਨਊ ਦੇ ਇੰਟੂਜ਼ਾ ਅਤੇ ਦਕੀਨਾ ਟੋਲ ਪਲਾਜ਼ਾ ਤੇ 1 ਜਨਵਰੀ ਤੋਂ ਸਾਰੇ ਚਾਰੇ ਪਹੀਆ ਵਾਹਨਾਂ ਉਤੇ ਫਾਸਟੈਗ ਲਾਜ਼ਮੀ ਬਣਾਇਆ ਗਿਆ ਹੈ ਮੌਜੂਦਾ ਸਮੇਂ ਵਿੱਚ ਦੋਵੇਂ ਟੋਲ ਪਲਾਜ਼ਾ ਉਤੇ ਦੋ ਕੈਸ਼ ਲੇਨ ਵੀ ਹਨ ਸੋ ਦੋਸਤੋ ਇਸ ਹਨ ਅੱਜ ਦੀਆਂ ਤਾਜ਼ਾਤਰੀਨ ਖਬਰਾਂ ਇਸੇ ਤਰ੍ਹਾਂ ਹਰ ਰੋਜ਼ ਤਾਜ਼ਾ ਖਬਰਾਂ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਦੋਸਤੋ